ਹੁਣ ਜਿਹੜਾ ਤਾਂ ਦੇਖੋ ਸਿੱਧਾ ਸਿੱਧਾ ਸਿੰਪਲ ਸਿੰਪਲ ਆਇਆ ਆ, ਜੇ ਉਹ ਵਿੱਚ ਕਿਤੇ ਆਊਟ ਆਫ ਸਟੇਟਸ ਨਹੀਂ ਹੋਇਆ ਫਿਰ ਤਾਂ ਉਹਦਾ ਪ੍ਰੋਸੈਸ ਸਿੰਪਲ ਆ, ਜੇ ਵਿਚਾਲੇ ਕਿਤੇ ਆਊਟ ਆਫ ਸਟੇਟਸ ਹੋ ਜਾਂਦਾ ਆ ਤਾਂ ਉਹ ਫਿਰ ਕਾਇੰਡ ਆਫ ਇਲੀਗਲ ਬਣ ਜਾਂਦਾ ਆ, ਉਹ ਇੱਕ ਡਿਫਰੈਂਟ ਪ੍ਰੋਸੈਸ ਹੋ ਜਾਂਦਾ ਹੈ, ਅਤੇ ਜਿਹੜਾ ਕੋਈ ਇਲੀਗਲੀ ਐਂਟਰ ਹੋਇਆ ਉਹਦਾ ਵੱਖਰਾ ਹੋ ਜਾਂਦਾ ਹੈ ਫਿਰ। ਇਹਦਾ ਤੁਹਾਨੂੰ ਦੱਸਦੇ ਹਾਂ ਕਿੱਦਾਂ, ਇਹਨੂੰ ਜਰਾ ਧਿਆਨ ਨਾਲ ਸੁਣਿਓ ਕੀ ਹੈ ਜੀ। ਠੀਕ, ਇਹਦੇ ਵਿੱਚ ਆਪਾਂ ਦੇਖਿਆ ਲੋਕੀ ਪੈਸਾ ਵੀ ਬਹੁਤ ਖਰਾਬ ਕਰਦੇ ਆ, ਕਿਹੜੀ ਚੀਜ਼ ਤੇ ਉਹ ਪੈਸਾ ਖਰਾਬ ਕਰਦੇ ਆ? ਪਹਿਲਾਂ ਤਾਂ ਜਿਹੜਾ ਹੈਗਾ ਕਿ ਪੱਕੇ ਤੌਰ ਤੇ ਬੰਦਾ ਆਉਣਾ ਚਾਹੀਦਾ, ਭਾਵੇਂ ਸਿਟੀਜ਼ਨ ਨਾਲ ਵਿਆਹ ਵਾ ਭਾਵੇਂ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ। ਇਹਦੇ ਵਿੱਚ ਜਿਹੜੀਆਂ ਐਕਸੈਪਸ਼ਨ ਜਿਹੜੀਆਂ ਸੀਗੀਆਂ ਨਾ, ਇੱਕ ਲਾਈਫ ਐਕਟ ਸੀਗਾ ਕਿ 2001 ਤੋਂ ਪਹਿਲਾਂ ਜੇ ਕਿਸੇ ਨੇ ਤੁਹਾਡੀ ਪਟੀਸ਼ਨ ਕੀਤੀ ਸੀ, ਕਈ ਲੋਕਾਂ ਨੂੰ ਉਹ ਛੋਟ ਜਿਹੜੀ ਮਿਲੀ ਸੀ, ਪਰ ਉਹ ਸਾਰੇ ਲੋਕਾਂ ਦੇ ਕੇਸ ਹੁਣ ਕਲੀਅਰ ਹੋ ਚੁੱਕੇ ਆ। ਹੁਣ ਆਪਾਂ ਜੇ ਗੱਲ ਕਰੀਏ ਨਵੇਂ ਲੋਕੀ ਜਿਹੜੇ ਆਏ ਆ, ਹਨਾ, ਰੀਸੈਂਟਲੀ ਜਿਹੜੇ ਆਏ ਆ, ਜਿਹੜਾ ਬੰਦਾ ਬਾਰਡਰ ਟੱਪ ਕੇ ਆਉਂਦਾ ਨਾ, ਉਹ ਅਮਰੀਕਾ ਦੇ ਵਿੱਚ ਵਿਆਹ ਦੇ ਥਰੂ ਪੱਕਾ ਨਹੀਂ ਹੋ ਸਕਦਾ। ਇਹਨੂੰ ਗੱਲ ਨੂੰ ਪੱਲੇ ਬੰਨ ਲਓ। ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਡਿਬੇਟ ਆ, ਵਕੀਲ ਦੀ ਵੀ ਕਈ ਵਾਰੀ ਸੁਣਦੇ ਨਹੀਂ, ਤੇ ਫਿਰ ਜਿਹੜੇ ਏਜੰਟ ਏਜੰਟ ਬੈਠੇ ਆ, ਟਰਾਈ ਕਰਕੇ ਦੇਖਦੇ ਆ, ਟਰਾਈ ਕਰਕੇ ਦੇਖਦੇ ਆ। ਇਹ ਟਰਾਈ ਕਰਨ ਵਾਲੀ ਚੀਜ਼ ਨਹੀਂ ਹੈਗੀ, ਇਹ ਕਾਪੀ ਚ ਉਹਨਾਂ ਨੇ ਲਿਖਤਾ ਕਿ ਨਹੀਂ ਪੱਕੇ ਹੋ ਸਕਦੇ। ਠੀਕ ਆ, ਸੋ ਇਹ ਚੀਜ਼ ਨੂੰ, ਇਹ ਯੂਨੀਵਰਸਲ ਰੂਲ ਆ, ਇਹਨੂੰ ਹੁਣ ਜੇ ਮੰਨੂਗੇ ਤਾਂ ਵਧੀਆ, ਨਹੀਂ ਮੰਨੂਗੇ ਤੁਹਾਡੀ ਮਰਜ਼ੀ ਆ ਕਿੱਦਾਂ। ਸੋ ਇੰਸਪੈਕਸ਼ਨ ਤੇ ਐਡਮਿਸ਼ਨ ਜਿਹੜੀ ਹੋਣੀ ਜ਼ਰੂਰੀ ਆ। ਤੇ ਕਈ ਵਾਰੀ ਸਾਨੂੰ ਏਦਾਂ ਬੜਾ, ਨਹੀਂ ਮੇਰੇ ਦੋਸਤ ਦਾ ਤਾਂ ਹੋ ਗਿਆ, ਮੇਰੇ ਦੋਸਤ ਦਾ ਤਾਂ ਏਦਾਂ ਹੋ ਗਿਆ, ਏਦਾਂ ਹੋ ਗਿਆ। ਦੋਸਤ ਰਿਸ਼ਤੇਦਾਰ ਦੱਸਦੇ ਨੀ ਹੁੰਦੇ ਵਿੱਚ ਕਿ ਪਾਪੜ ਵੇਲੇ ਆ, ਕੁੰਡੀ ਗੜੀ ਆ, ਕੁੰਡੀ ਗੜੀ ਆ। ਸਾਰਾ ਜਿਹੜਾ ਆਪਣਾ ਨਾ ਸਟ੍ਰੇਟ ਫਾਰਵਰਡ ਹੀ ਕਰਕੇ ਲੋਕਾਂ ਨੇ ਕੇਸ ਦੱਸਣਾ ਵਾ, ਤੇ ਆਪਣੀ ਰੋਜ਼ ਦੀ ਜਿਹੜੀ ਡੀਲਿੰਗ ਉਹ ਹੈਗੀ ਆ। ਸੋ ਏਦਾਂ ਦੋਸਤ ਦੂਸਤ ਵਾਲੀ ਤਾਂ ਕੋਈ ਗੱਲ ਹੈ ਨੀ ਕਿ ਉਹਦਾ ਹੋ ਗਿਆ। ਸੋ ਕਾਨੂੰਨ ਇਹ ਆ, ਬਾਰਡਰ ਜਦੋਂ ਤੁਸੀਂ ਟੱਪ ਕੇ ਆਏ ਆ, ਜੇ ਤੁਹਾਡੀ ਇੰਸਪੈਕਸ਼ਨ ਐਡਮਿਸ਼ਨ ਨਹੀਂ ਹੋਈ, ਵਿਆਹ ਵਾਲੇ ਬੇਸ ਤੇ ਤੁਸੀਂ ਪੱਕੇ ਨਹੀਂ ਹੋ ਸਕਦੇ। ਸੋ ਪਹਿਲੀ ਗਲਤੀ ਜਿਹੜੀ ਇੱਥੇ ਲੋਕ ਕਰਦੇ ਆ, ਹਨਾ, ਕਿ ਸਾਈਡ ਤੋਂ ਅਸਲਮ ਦਾ ਕੇਸ ਲੱਗਾ, ਸਾਈਡ ਤੋਂ ਕਿਸੇ ਦਾ ਕਰਾ ਲਿਆ। ਹੁਣ ਜਿਹੜੀ ਦੂਜੀ ਚੀਜ਼ ਆ ਗਈ, ਦੂਜੀ ਚੀਜ਼ ਇਹ ਆਈ ਕਿ ਮੰਨ ਲਓ ਤੁਸੀਂ ਜੇ ਪੱਕੇ ਆਏ ਸੀਗੇ ਤੇ ਹੁਣ ਤੁਸੀਂ ਆ ਕੇ ਕੱਚੇ ਹੋ ਗਏ, ਤੁਸੀਂ ਟੂਰਿਸਟ ਵੀਜ਼ੇ ਤੇ ਆਏ ਸੀਗੇ, ਤੁਸੀਂ ਉੱਪਰ ਓਵਰਸਟੇ ਕਰ ਗਏ ਜਾਂ ਆਪਣਾ ਸਟੇਟਸ ਮੇਨਟੇਨ ਨਹੀਂ ਕੀਤਾ ਜਾਂ ਕੱਚੇ ਤੌਰ ਤੇ ਕੰਮ ਕਰ ਲਿਆ ਜਾਂ ਹਨਾ ਕੋਈ ਇਮੀਗ੍ਰੇਸ਼ਨ ਦੀ ਵਾਇਲੇਸ਼ਨ ਤੁਸੀਂ ਕਰਤੀ, ਜਿਹੜਾ ਸਿਟੀਜ਼ਨ ਆ ਉਹ ਤੁਹਾਨੂੰ ਪੱਕਾ ਕਰਾ ਸਕਦਾ ਮੋਸਟ ਸਿਨੈਰੀਓ ਦੇ ਵਿੱਚ। ਜਿਹੜਾ ਗ੍ਰੀਨ ਕਾਰਡ ਆ ਉਹ ਪੱਕਾ ਨਹੀਂ ਕਰਾ ਸਕਦਾ। ਸੋ ਉਹਦੇ ਵਿੱਚ ਇੱਕ ਇਹ ਆ ਕਿ ਏਜੰਟ ਗ੍ਰੀਨ ਕਾਰਡ ਹੋਲਡਰ ਵਾਲੇ ਦਾ ਵੀ ਜਿਹੜਾ ਫਾਈਲ ਕਰ ਦਿੰਦੇ ਆ ਓਵਰ ਸਟੇ ਤੇ। ਸੋ ਗ੍ਰੀਨ ਕਾਰਡ ਹੋਲਡਰ ਜਿਹੜਾ ਟੂਰਿਸਟ ਵੀਜ਼ੇ ਤੇ ਆ ਕੇ ਬੰਦਾ ਓਵਰ ਸਟੇ ਹੋਇਆ ਉਹਨੂੰ ਪੱਕਾ ਨਹੀਂ ਕਰਾ ਸਕਦਾ। ਦੂਸਰੀ ਗੱਲ, ਜਿਹੜਾ ਗ੍ਰੀਨ ਕਾਰਡ ਹੋਲਡਰ ਵਾਲਾ ਉਹ ਜੇ ਉਹਨੇ ਪੱਕਾ ਕਰਾਉਣਾ ਤਾਂ ਸਿਰਫ ਇਹ ਨਹੀਂ ਕਿ ਮੈਂ ਤਾਂ ਫਾਈਲ ਕਰਤਾ ਸੀ ਟੂਰਿਸਟ ਵੀਜ਼ੇ ਦੇ ਦੌਰਾਨ, ਹੈ ਨਾ, ਜਿਹੜਾ 485 ਤੁਸੀਂ ਫਾਈਲ ਕਰਨਾ ਹੁੰਦਾ ਉਹਦੀ ਹੁਣ ਅੱਜ ਕੱਲ੍ਹ ਵੇਟਿੰਗ ਆ। ਤੇ ਉਹ ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ ਉਹਨਾਂ ਡੇਟ ਕਰੰਟ ਚੱਲਦੀ ਸੀਗੀ, 4-5 ਸਾਲ ਕਰੰਟ ਚੱਲੀ ਆ, ਉਹਦੇ ਕਰਕੇ ਕੀ ਹੋਇਆ ਕਿ ਏਜੰਟਾਂ ਦਾ ਤੁੱਕਾ ਲੱਗ ਜਾਂਦਾ ਸੀ। ਕਿੱਦਾਂ ਤੁੱਕਾ ਲੱਗਦਾ ਸੀਗਾ ਕਿ 485 ਤੇ ਉਹ ਸਾਰਾ ਫਾਈਲ ਕਰ ਦਿੰਦੇ ਸੀ, ਪਤਾ ਨਹੀਂ ਉਹਨਾਂ ਨੂੰ ਸੀਗਾ ਕਿ ਕਿਉਂ ਫਾਈਲ ਕਰਦੇ ਆ, ਫਾਈਲ ਕਰ ਦਿੰਦੇ ਸੀਗੇ, ਪਰ ਉਹ ਮੈਥ ਜੇ ਆਪਣੇ ਆਪ ਐਡ ਹੋ ਜਾਂਦਾ ਸੀਗਾ ਕਿਉਂਕਿ ਵੇਟ ਨਹੀਂ ਸੀਗੀ, ਉਹਦੀ ਵੀ ਡੇਟ ਕਰੰਟ ਚੱਲਦੀ ਸੀ, ਪਰ ਹੁਣ ਉਹਦੀ ਵੇਟ ਚੱਲਦੀ ਆ 2-2 ਸਾਲ ਦੀ, 2.5 ਸਾਲ ਦੀ। ਹੁਣ ਕੀ ਆ ਕਿ ਏਜੰਟ ਫਾਈਲ ਕਰੀ ਜਾਂਦੇ ਆ, ਜੇ ਵੀ ਉਦਾਂ ਹੀ ਸੇਮ ਪ੍ਰਾਇਓਰਟੀ ਡੇਟ ਨਹੀਂ ਦੇਖਣੀ, ਉਹ ਨਹੀਂ ਦੇਖਣਾ। 7-8 ਮਹੀਨੇ ਬਾਅਦ ਜਦੋਂ ਕੇਸ ਰਿਜੈਕਟ ਹੁੰਦਾ ਵਾ, ਤੇ ਜਿਹੜਾ ਟੂਰਿਸਟ ਵੀਜ਼ੇ ਤੇ ਆਇਆ ਹੁੰਦਾ ਬੰਦਾ ਉਹ ਆਲਰੇਡੀ ਹੁਣ ਓਵਰ ਸਟੇ ਕਰ ਗਿਆ, ਉਹਦਾ ਫਿਰ ਹਾਲਤ ਇੱਦਾਂ ਦੀ ਬਣਦੀ ਕਿ ਨਾ ਉਹ ਰਹਿਣ ਜੁਗਾ ਨਾ ਉਹ ਜਾਣ ਜੁਗਾ। ਓਕੇ, ਠੀਕ ਹੈ। ਫਿਰ ਜਦੋਂ 5 ਸਾਲ ਉਹਨੂੰ ਵੇਟ ਕਰਨੀ ਪੈਂਦੀ, ਬੰਦਾ ਕਦੋਂ ਸਿਟੀਜ਼ਨ ਬਣੂਗਾ, ਆਪਣਾ ਕਰੀਅਰ ਕੁਰੀਅਰ ਉਹਨਾਂ ਨੇ ਛੱਡਿਆ ਹੁੰਦਾ, ਇੰਡੀਆ ਦੇ ਹਿਸਾਬ ਨਾਲ ਇੰਨੀ ਪਲੈਨਿੰਗ ਕੀਤੀ ਨਹੀਂ ਹੁੰਦੀ, ਫਿਰ ਉਦੋਂ ਏਜੰਟ ਉਜੰਟ ਨੂੰ ਕੋਸਦੇ ਆ। ਤੇ ਏਜੰਟ ਦਾ ਏਦਾਂ ਹੁੰਦਾ ਕਿ ਏਜੰਟ ਬਾਹਰ ਜਿਹੜੇ ਹੁੰਦੇ ਨਾ ਸਟੇਟ ਬਾਹਰ, ਉਹਦੇ ਜੁਰਿਸਡਿਕਸ਼ਨ ਚ ਨਹੀਂ ਆਉਂਦਾ, ਉਹਦਾ ਤੁਸੀਂ ਗਲਾ ਨਹੀਂ ਫੜ ਸਕਦੇ, ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ, ਉੱਤੇ ਕਾਨੂੰਨੀ ਹੋਣੀ ਹੈ। ਤਾਂ ਹੁਣ ਡਾਕਟਰ ਨੇ ਜੇ ਇਹਨਾਂ ਨਾਲ ਗੱਲ ਕੀਤੀ ਆ, ਉੱਤੇ ਹੋਆ ਤਾਂ ਏਜੰਟ ਦਾ ਏਦਾਂ ਕਿ ਫੇ ਪੱਲਾ ਜਿਹਾ ਛੜਾ ਦਿੰਦੇ ਆ, ਤੇ ਕਮਿਊਨਿਟੀ ਵੀ ਆਪਣੀ ਏਦਾਂ ਦੀ ਆ ਕਿ ਬਾਅਦ ਚ ਉਹਨਾਂ ਨੂੰ ਕਈ ਵਾਰੀ ਪਤਾ ਲੱਗਦਾ, ਤਾਂ ਏਜੰਟ ਵੀ ਜਿਹੜੇ ਸੱਜ ਸਵਰ ਕੇ ਐਨ ਸੂਟ ਪਾ ਕੇ, ਮੈਂ ਕਹਿੰਦਾ ਵਕੀਲ ਨੇ ਨੀ ਏਦਾਂ ਦੇ ਦਫ਼ਤਰ ਜਾਂ ਆਫਿਸ ਪਾਏ ਆ, ਤੇ ਉਹ ਜਿਹੜੀ ਚੀਜ਼ ਤੋਂ ਨਾ ਬਚਣਾ, ਪੁੱਛਣਾ ਕਿ ਭਾਈ ਤੁਸੀਂ ਵਕੀਲ ਆ ਕਿ ਤੁਸੀਂ ਏਜੰਟ ਆ, ਠੀਕ ਆ। ਸੋ ਵਕੀਲ ਦਾ ਏਦਾਂ ਕਿ ਜੇ ਤੁਹਾਡੇ ਨਾਲ ਕੋਈ ਉਹਨੇ ਧੱਕਾ ਕੀਤਾ, ਏਦਾਂ ਦਾ ਕਾਨੂੰਨ ਗਲਤ ਹੋਇਆ, ਉਹਦੇ ਵਿੱਚ ਏਦਾਂ ਕਿ ਫਿਰ ਵੀ ਕਾਨੂੰਨ ਦੇ ਵਿੱਚ ਪ੍ਰੋਟੈਕਸ਼ਨ ਹੁੰਦੀ ਆ, ਤੁਸੀਂ ਬਚ ਸਕਦੇ ਆ ਜੇ ਵਕੀਲ ਦੀ ਗਲਤੀ ਨਾਲ ਤੁਸੀਂ ਤੁਹਾਨੂੰ ਕੋਈ ਪ੍ਰੋਬਲਮ ਪੈਂਦੀ ਹੈ। ਠੀਕ ਹੈ, ਏਜੰਟ ਦੀ ਗਲਤੀ ਨਾਲ ਤੁਹਾਨੂੰ ਪ੍ਰੋਬਲਮ ਪੈਂਦੀ ਹੈ, ਤੁਹਾਨੂੰ ਇਮੀਗ੍ਰੇਸ਼ਨ ਨੇ ਕੋਈ ਐਕਸੈਪਸ਼ਨ ਨਹੀਂ ਦੇਣੀ, ਉਹਨੇ ਕਹਿਣਾ ਤੂੰ ਹਾਇਰ ਕਿਉਂ ਕੀਤਾ, ਹੈ ਨਾ। ਸੋ ਇਹ ਫਰਕ ਜਿਹੜਾ ਆ ਜਾਂਦਾ। ਤੀਸਰੀ ਚੀਜ਼ ਇਹਦੇ ਵਿੱਚ ਜਿਹੜੀ ਆ, ਸੋ ਦੋ ਚੀਜ਼ਾਂ ਆਪਾਂ ਕਰ ਲਈਆਂ ਕਿ ਜਿਹੜਾ ਗ੍ਰੀਨ ਜਿਹੜਾ ਸਿਟੀ ਜਿਹੜਾ ਇੰਸਪੈਕਸ਼ਨ ਐਡਮਿਸ਼ਨ ਹੋਣੀ ਚਾਹੀਦੀ ਆ ਬਾਰਡਰ ਤੇ, ਉਸ ਤੋਂ ਬਿਨਾਂ ਕੋਈ ਵੀ ਤੁਹਾਨੂੰ ਪੱਕਾ ਨਹੀਂ ਕਰਾ ਸਕਦਾ। ਇੰਸਪੈਕਸ਼ਨ ਐਡਮਿਸ਼ਨ ਜੇ ਤੁਹਾਡੀ ਹੋਈ ਆ, ਤੁਸੀਂ ਜੇ ਸਟੇਟਸ ਮੇਨਟੇਨ ਕਰਦੇ ਰਹੇ ਆ, ਸਟੂਡੈਂਟ ਬਣ ਕੇ ਰਹਿ ਗਏ, ਹਨਾ, ਆਪਣਾ ਕੋਈ ਨਾ ਕੋਈ ਇੱਥੇ ਤੁਹਾਡੀ ਕਾਰਵਾਈ ਤੁਰੀ ਰਹੀ, ਤੇ ਗ੍ਰੀਨ ਕਾਰਡ ਹੋਲਡਰ ਤੇ ਸਿਟੀਜ਼ਨ ਤੁਹਾਨੂੰ ਦੋਨੋਂ ਪੱਕੇ ਕਰਾ ਸਕਦੇ ਆ। ਜੇ ਤੁਸੀਂ ਆਊਟ ਆਫ ਸਟੇਟਸ ਹੋ ਗਏ ਤਾਂ ਸਿਰਫ ਜਿਹੜਾ ਸਿਟੀਜ਼ਨ ਤੁਹਾਨੂੰ ਪੱਕਾ ਕਰਾ ਸਕਦਾ। ਹੁਣ ਜਿਹੜੀ ਮੇਨ ਚੀਜ਼ ਆ, ਆਪਣੇ ਜਿਹੜੇ ਸਾਡੇ ਸਾਰੇ ਕਲਾਇੰਟ ਆ ਜਾਂ ਜ਼ਿਆਦਾ ਪੰਜਾਬੀ ਜਿਹੜੇ ਹੈਗੇ ਆ, ਉਹ
ਇਹਨੂੰ ਹੁਣ ਧਿਆਨ ਨਾਲ ਸੁਣਿਓ ਏਜੰਟ ਵੀ ਤੇ ਜਿਹਨਾਂ ਦੇ ਕੇਸ ਚੱਲਦੇ ਆ ਉਹ ਵੀ। ਜਦੋਂ ਤੁਸੀਂ ਅਸਾਈਲਮ ਆਫਿਸ ਦੇ ਵਿੱਚ ਹੈਗੇ ਨਾ ਤਾਂ USCIS ਦਾ ਜੁਰਿਸਡਿਕਸ਼ਨ ਹੁੰਦਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ, ਠੀਕ ਹੈ। ਫਿਰ ਤਾਂ ਤੁਸੀਂ ਜਿਹੜੇ ਵਿਆਹ ਵਾਲੇ ਕੇਸ ਆ ਜੇ ਬੰਦਾ ਲੀਗਲ ਤਰੀਕੇ ਨਾਲ ਆਇਆ ਤੇ ਤੁਹਾਡਾ 485 ਫਾਈਲ ਹੋ ਸਕਦਾ। ਇੱਥੇ ਬਹੁਤ ਜ਼ਿਆਦਾ ਜਿਹੜੇ ਏਜੰਟ ਗਲਤੀ ਕਰਦੇ ਆ, ਜਦੋਂ ਤੁਹਾਡਾ ਕੋਰਟ ਦੀ ਅਦਾਲਤ ਦੇ ਵਿੱਚ ਤੁਹਾਡਾ ਜਦੋਂ ਕੇਸ ਚੱਲ ਗਿਆ ਤੁਸੀਂ 485 ਫਾਈਲ ਨਹੀਂ ਕਰ ਸਕਦੇ। ਡਜ਼ ਨੋਟ ਮੈਟਰ ਤੁਸੀਂ ਭਾਵੇਂ ਵੀਜ਼ੇ ਤੇ ਆਏ ਆ ਜਾਂ ਜੋ ਵੀ ਤੁਹਾਡਾ ਸਟੇਟਸ ਆ, ਤੁਸੀਂ ਇੱਕ ਵਾਰੀ ਰਿਮੂਵਲ ਪ੍ਰੋਸੀਡਿੰਗ 'ਚ ਆ ਗਏ। ਰਿਮੂਵਲ ਪ੍ਰੋਸੀਡਿੰਗ 'ਚ ਬੰਦਾ ਕਦੋਂ ਆਉਂਦਾ? ਜਦੋਂ ਉਹ ਜੱਜ ਮੋਰੇ ਕੋਰਟ ਮੋਰੇ ਚੱਲ ਜਾਂਦਾ ਹੈ ਨਾ। ਸੋ ਉੱਥੇ ਵੀ ਹੁਣ ਕੀ ਹੁੰਦਾ ਕਿ ਬੰਦੇ ਦਾ ਕੇਸ ਲੱਗਾ ਹੁੰਦਾ ਕਿਸੇ ਨਾ ਕਿਸੇ ਵਕੀਲ ਕੋਲ ਅਸਾਈਲਮ ਵਾਲਾ, ਤੇ ਉਹਨਾਂ ਸਾਈਡ ਤੇ ਜਿਹੜਾ ਹੱਥ ਪੈਰ ਮਾਰਦਾ ਤੇ ਏਜੰਟ ਸਾਈਡ ਤੇ ਜਿਹੜਾ 485 ਵਗੈਰਾ ਉਹਦਾ ਫਾਈਲ ਕਰੀ ਜਾਂਦਾ ਤੇ ਉਹ ਰਿਜੈਕਟ ਹੀ ਹੋਣਾ ਹੁੰਦਾ। ਕਿਉਂ? ਕਿਉਂਕਿ ਇਮੀਗ੍ਰੇਸ਼ਨ ਐਂਡ 'ਚ ਰਿਜੈਕਟ ਕਰ ਦਿੰਦੀ ਹੈ ਸਾਲ ਡੇਢ ਸਾਲ ਬਾਅਦ ਫੀਸਾਂ ਫੂਸਾਂ ਲੈ ਕੇ ਸਾਰਾ ਕਿ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਸੀਗੇ, ਤੁਹਾਡਾ ਜੁਰਿਸਡਿਕਸ਼ਨ ਨਹੀਂ ਬਣਦਾ। ਸੋ ਇਹਨੂੰ ਹੁਣ ਸਿੰਪਲ ਅੱਖਰਾਂ ਦੇ ਵਿੱਚ ਕੀ ਹੋਇਆ ਕਿ ਜਿਹੜਾ ਏਜੰਟ ਜਦੋਂ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਚੱਲ ਗਏ ਨਾ, ਉਦੋਂ ਏਜੰਟ ਦੇ ਹੱਥੋਂ ਜਿਹੜੀ ਗੱਲ ਬਾਹਰ ਹੋ ਗਈ ਉਹ ਫਿਰ ਫਾਰਮ ਭਰਨ ਵਾਲੇ ਹੀ ਆਪਣਾ ਉਹ ਪੈਸੇ ਬਟੋਰਿਆ, ਉਹ ਤੁਹਾਡਾ ਕੋਈ ਫਿਕਸ ਨਹੀਂ ਕਰ ਸਕਦਾ। ਉਹਨੂੰ ਜਿਹੜੀ ਰਿਮੂਵਲ ਪ੍ਰੋਸੀਡਿੰਗ ਦੀ ਇਨਐਡਮਿਸਿਬਿਲਟੀ ਦੀ ਰੈਗੂਲੇਸ਼ਨ ਆ ਉਹ ਉਹਦੇ ਪੱਲੇ ਨਹੀਂ ਪੈ ਸਕਦੀ, ਕਿਉਂਕਿ ਉਹ ਚੇਂਜ ਹੁੰਦੀ ਰਹਿੰਦੀ ਆ, ਕੋਰਟ ਉਹਦੀ ਡੈਫੀਨੇਸ਼ਨ ਅਮੈਂਡ ਕਰਦੇ ਰਹਿੰਦੇ ਆ, ਹੈ ਨਾ। ਠੀਕ ਹੈ। ਜੇ ਉਹਦੇ ਪੱਲੇ ਪੈ ਸਕਦੀ ਹੁੰਦੀ, ਮੰਨ ਲਓ ਬੰਦਾ ਕਹੇ ਕਿ ਨਹੀਂ ਮੈਂ ਬਹੁਤ ਹੁਸ਼ਿਆਰ ਹਾਂ ਕੈਲੀਫੋਰਨੀਆ 'ਚ, ਤਾਂ ਫਿਰ ਬਾਹਰ ਐਗਜ਼ਾਮ ਪਾਸ ਕਰ ਲਾ, ਹੈ ਨਾ। ਤੇ ਉਹ ਚੀਜ਼ ਆ ਕਿ ਜਿਹੜਾ ਕਾਨੂੰਨ ਦਾ ਅੱਖਰ ਜਿਹੜਾ ਬੰਦਾ ਪੜ੍ਹ ਸਕਦਾ ਉਹਨੇ ਤਾਂ ਫਿਰ ਲਾਇਸੈਂਸ ਲੈ ਲੈਣਾ, ਹੈ ਨਾ। ਸੋ ਜਦੋਂ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਪਹੁੰਚ ਗਏ, ਕੋਰਟ ਕਚਹਿਰੀ ਦੇ ਮਾਮਲੇ 'ਚ ਹੋ ਗਏ, ਤਾਂ ਵਿਆਹ ਵਾਲੇ ਜਿਹੜੇ ਕੇਸ ਆ ਏਜੰਟ ਤੋਂ ਨਹੀਂ ਕਰਾਉਣੇ। ਠੀਕ ਆ। ਕਿਉਂ? ਕਿਉਂਕਿ 485 ਤੁਸੀਂ ਫਾਈਲ ਨਹੀਂ ਕਰ ਸਕਦੇ। ਫਿਰ ਉਹਦਾ ਪ੍ਰੋਸੈਸ ਕੀ ਹੋ ਜਾਂਦਾ? ਉਹਦਾ ਪ੍ਰੋਸੈਸ ਇਹ ਹੁੰਦਾ ਕਿ ਜਿਹੜੇ ਵਕੀਲ ਨੇ ਉਹਦੇ ਵਿੱਚ ਪ੍ਰੋਸੈਸ ਇਹ ਆ ਜਾਂਦਾ ਕਿ ਤੁਸੀਂ ਜਿਹੜਾ 485 ਹੈ ਨਾ, ਜਾਂ ਤਾਂ ਤੁਸੀਂ ਕੋਰਟ ਦੇ ਰਾਹੀਂ ਫਾਈਲ ਕਰ ਸਕਦੇ ਆ, ਜਾਂ ਤੁਹਾਡੇ ਕੋਲ ਫਿਰ ਉਹਦੇ ਵਿੱਚ ਅੱਗੇ ਆਪਸ਼ਨ ਆ ਜਾਂਦੀਆਂ ਐਡਮਿਨਿਸਟ੍ਰੇਟਿਵ ਡਿਸੀਜਨ ਲੈਣ ਦੀਆਂ ਜੱਜ ਨੂੰ ਕਿ ਮੇਰਾ ਆਹ ਚੱਕਰ ਚੱਲਦਾ, ਮੇਰਾ ਕੇਸ ਆ ਜਿਹੜਾ ਇਹਨੂੰ ਹੋਲਡ ਤੇ ਪਾ ਜਾਂ ਇਹਨੂੰ ਡਿਸਮਿਸ ਕਰ ਦੇ, ਤੇ ਮੈਂ ਉਹਦੇ ਬੇਸ ਤੇ ਫਿਰ ਆਪਣਾ ਅੱਗੇ ਪੱਕਾ ਜਿਹੜਾ ਹੋ ਸਕਾਂ। ਸੋ ਇਹ ਜਿਹੜੀ ਮੁੱਖ ਤੌਰ ਤੇ ਰਿਕੁਆਇਰਮੈਂਟ ਆ, ਤੇ ਇਹਨੂੰ ਜੇ ਆਪਾਂ ਹੋਰ ਜ਼ਿਆਦਾ ਅੱਗੇ ਡਿਟੇਲ ਦੇ ਵਿੱਚ ਜਾਈਏ, ਹੈ ਨਾ, ਠੀਕ ਹੈ, ਗਿਆਨ ਵੰਡ ਰਹੇ ਉਹਨੂੰ ਜੇ ਹੋਰ ਇਕੱਠਾ ਕਰਨਾ, ਤੁਸੀਂ ਕੱਚਾ ਬੰਦਾ ਜਿਹੜਾ ਆਇਆ ਉਹਦਾ ਕੀ ਹਿਸਾਬ ਕਿਤਾਬ? ਉਹ ਕੀ ਕਰੇ ਫਿਰ? ਕੱਚਾ ਬੰਦਾ ਇੱਥੇ ਪੱਕਾ ਨਹੀਂ ਹੋ ਸਕਦਾ, ਸਪੈਸ਼ਲੀ ਜਦੋਂ ਉਹ ਰਿਮੂਵਲ ਦੇ ਵਿੱਚ ਚੱਲ ਗਿਆ ਤਾਂ ਉਹਦੇ ਤੇ ਸ਼ਿਕੰਜਾ ਹੋਰ ਜਿਹੜਾ ਕੱਸ ਹੋ ਗਿਆ। ਠੀਕ ਹੈ। ਧਰਾਵਾਂ ਲੱਗ ਗਈਆਂ ਕਈ, ਧਰਾਵਾਂ ਲੱਗ ਗਈਆਂ ਕਈ, ਡਿਪੈਂਡਿੰਗ ਓਨ ਹੁਣ ਜਿਹੜਾ ਬੰਦਾ ਹੁਣ ਰੂਲ ਕੀ ਕਹਿੰਦਾ, ਕਿਤਾਬ ਕੀ ਕਹਿੰਦੀ ਆ? ਕਿਤਾਬ ਇਹ ਕਹਿੰਦੀ ਆ ਕਿ ਜਦੋਂ ਬੰਦਾ 6 ਮਹੀਨੇ ਕੱਚਾ ਰਹਿ ਗਿਆ ਉੱਤੇ 3 ਸਾਲ ਦੀ ਬਾਰ ਲੱਗਦੀ ਆ, ਜਦੋਂ ਉਹ 1 ਸਾਲ ਕੱਚਾ ਰਹਿ ਗਿਆ ਉੱਤੇ 10 ਸਾਲ ਦੀ ਬਾਰ ਲੱਗਦੀ ਆ, 10 ਸਾਲ ਲਈ ਉਹ ਆ ਨਹੀਂ ਸਕਦਾ। ਇਹ ਬਾਰ ਨੂੰ ਤੋੜਨ ਲਈ ਤੁਹਾਡਾ ਜਿਹੜਾ ਪਹਿਲਾਂ ਹੀ ਅਸਾਈਲਮ ਫਾਈਲ ਕਰਨਾ ਜਿਹੜਾ ਜ਼ਰੂਰੀ ਹੁੰਦਾ, ਜੇ ਤੁਸੀਂ ਅਸਾਈਲਮ ਪਹਿਲਾਂ ਹੀ ਫਾਈਲ ਕੀਤਾ ਤਾਂ ਤੁਹਾਨੂੰ ਇਹ ਬਾਰ ਤੋਂ ਬਚਾ ਲੈਂਦਾ। ਇਹ ਬਾਰ ਨੂੰ ਆਪਾਂ ਕਹਿੰਦੇ ਹਾਂ ਅਨਲੋਫੁਲ ਪ੍ਰੈਜੈਂਸ, ਯੂਐਲਪੀ। ਇਹ ਜਿਹੜੀ ਬਾਰ ਹੈਗੀ ਆ ਅਨਲੋਫੁਲ ਪ੍ਰੈਜੈਂਸ ਵਾਲੀ, ਜਿੱਦਾਂ ਹੁਣ ਬੰਦਾ ਟੂਰਿਸਟ ਵੀਜ਼ੇ ਤੇ ਆਇਆ, 6 ਮਹੀਨੇ ਉਹਦੀ ਮੁਹਲਤ ਸੀਗੀ ਰਹਿਣ ਦੀ, ਉਹ 6 ਮਹੀਨੇ ਹੋਰ ਤੋਂ ਵੱਧ ਓਵਰਸਟੇ ਕਰ ਗਿਆ, ਹੈ ਨਾ, 12 ਮਹੀਨੇ ਹੁਣ ਉਹਨੂੰ ਹੋ ਗਏ, ਉਹ 6 ਮਹੀਨੇ ਜਿਹੜੇ ਐਕਸਟਰਾ ਰਹਿ ਗਏ ਉਹਦੇ ਕਰਕੇ ਉੱਤੇ 3 ਸਾਲ ਦੀ ਬਾਰ ਲੱਗ ਗਈ। ਜੇ ਉਹ ਛੱਡ ਕੇ ਜਾਂਦਾ ਤਾਂ ਉੱਤੇ 3 ਸਾਲ ਦੀ ਬਾਰ ਲੱਗਣੀ ਆ, ਜੇ ਉਹ 1 ਸਾਲ ਕੱਚਾ ਰਹਿ ਗਿਆ ਓਵਰਸਟੇ ਕਰ ਗਿਆ ਤਾਂ ਉੱਤੇ 10 ਸਾਲ ਦੀ ਬਾਰ ਲੱਗਣੀ। ਜੇ ਉਹਨੇ ਅਸਾਈਲਮ ਫਾਈਲ ਕਰਤਾ ਸੀਗਾ, ਅਸਾਈਲਮ ਇਹਦੀ ਕਲੋਕ ਰੋਕ ਦਿੰਦਾ 6 ਮਹੀਨੇ ਸਾਲ ਵਾਲੀ, ਤੇ ਅਸਾਈਲਮ ਵਾਲੇ ਕਹਿ ਲਓ ਕਿ ਇੱਕ ਤਰ੍ਹਾਂ ਪ੍ਰੋਟੈਕਸ਼ਨ ਉਹਨਾਂ ਨੂੰ ਜਿਹੜੀ ਮਿਲ ਜਾਂਦੀ ਹੈ ਜਦ ਤੱਕ ਉਹਨਾਂ ਦਾ ਅਸਾਈਲਮ ਜਿਹੜਾ ਪੈਂਡਿੰਗ ਰਹਿੰਦਾ। ਹੁਣ ਇੱਕ ਬਹੁਤ ਜ਼ਿਆਦਾ ਕਾਮਨ ਸਵਾਲ ਜਿਹੜਾ ਉੱਠਦਾ ਕਿ ਮੇਰੇ ਕੋਲ ਤਾਂ ਟਰੈਵਲ ਡਾਕੂਮੈਂਟ ਆ ਗਿਆ, ਏਜੰਟ ਨੇ ਮੈਨੂੰ ਕਿਹਾ ਮੈਂ ਚੱਲ ਜਾਵਾਂ ਬਾਹਰ, ਹੈ ਨਾ, ਤੇ ਉਹਨਾਂ ਟਰੈਵਲ ਡਾਕੂਮੈਂਟ ਦਾ ਫਨੀ ਇੱਕ ਗੱਲ ਆ, ਕਿਸੇ ਨੇ ਨਾ ਟਿਕਟੋਕ ਦੀ ਵੀਡੀਓ ਆਪਣਾ ਕਲਿੱਪ ਜਿਹਾ ਕੱਟ ਕੇ ਪਾਤਾ ਸੀਗਾ, ਯਾਰ ਇਹ ਤਾਂ ਕਹਿੰਦਾ ਐਡਵਾਂਸ ਫਿਰ ਉਹ ਲੈ ਕੇ ਜਾਣਾ, ਟਰੈਵਲ ਡਾਕੂਮੈਂਟ ਕਹਿੰਦਾ ਲੈ ਕੇ ਜਾਣਾ, ਕੋਈ ਸੁਣਨ ਵਾਲਾ ਹੀ ਸੀਗਾ, ਉਹ ਹੁਸ਼ਿਆਰੀ ਮਾਰਦਾ ਹੈਗਾ, ਪੂਰਾ ਕਲਿੱਪ ਨਹੀਂ ਪਾਇਆ ਹੈਗਾ ਅੱਗੇ ਪਿੱਛੇ ਜਿਹੜਾ ਕੀ ਕਹਿੰਦੇ ਆ। ਸੋ ਕੀ ਸੀਗਾ ਕਿ ਨਾਲ ਥੱਲੇ ਮੈਂ ਦੇਖਿਆ ਕਮੈਂਟ ਕਮੁੰਟ ਵੀ ਕਈਆਂ ਨੇ ਕੀਤੇ ਕਿ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਹੋਈ, ਚੱਲ ਜਾ ਚੱਲ ਜਾ, ਹੈ ਨਾ। ਬੰਦੇ ਦਾ ਇੱਕ ਦਾ ਕਾਲ ਆਇਆ, ਕਹਿੰਦਾ ਯਾਰ ਮੈਂ ਕਲਿੱਪ ਦੇਖਿਆ ਸੀਗਾ, ਕਹਿੰਦਾ ਮੈਂ ਬਾਹਰ ਚੱਲ ਗਿਆ, ਬੰਦੇ ਦੇ ਉੱਤੇ ਲੱਗ ਗਈ ਬਾਰ। ਬਾਰ ਦੀ ਕਿਸੇ ਨੇ ਕੈਲਕੂਲੇਸ਼ਨ ਹੀ ਨਹੀਂ ਕੀਤੀ ਕਿ ਯਾਰ ਪਹਿਲਾਂ ਤੋਂ ਪੁੱਛ ਤਾਂ ਲੋਕ, ਇਹਨੇ ਆਉਂਦੇ ਹੀ ਅਸਾਈਲਮ ਫਾਈਲ ਕੀਤਾ ਸੀਗਾ ਕਿ ਇਹਨੇ 6 ਮਹੀਨੇ ਟਪਾ ਕੇ ਜਿਹੜਾ ਫਾਈਲ ਕੀਤਾ ਸੀਗਾ, ਉਹ ਆਹੀ ਜਿਹੜਾ ਅਲੱਗ ਲੁੱਕ ਕੇ ਏਜੰਟ ਉਜੰਟ ਦੇ ਦੂਜਾ ਆਨਲਾਈਨ ਸੁਣ ਸੁਣ ਕੇ ਚੱਲ ਗਿਆ ਬਾਹਰ, ਤੇ 3 ਜਾਂ 10 ਈਅਰ ਬਾਰ ਦੀ ਅਨਲਾਫੁਲ ਪ੍ਰੈਜੈਂਸ ਦੀ ਪਤਾ ਹੀ ਨਹੀਂ ਉਹਨੂੰ। ਮੈਂ ਪੁੱਛਾਂ, ਮੈਂ ਕਿਹਾ ਤੈਨੂੰ ਦੱਸਿਆ ਹੀ ਕਿਸੇ ਨੇ? ਕਹਿੰਦਾ ਯਾਰ ਪਤਾ ਹੀ ਨਹੀਂ ਮੈਨੂੰ ਤਾਂ। ਮੈਂ ਉਹਨੂੰ ਫੋਨ ਕਰਕੇ ਪੁੱਛਿਆ ਏਜੰਟ ਨੂੰ, ਉਹਨੂੰ ਵੀ ਨਹੀਂ ਪਤਾ ਕੀ ਹੁੰਦੀ ਅਨਲਾਫੁਲ ਪ੍ਰੈਜੈਂਸ। ਇਕੱਲਾ ਟਰੈਵਲ ਡਾਕੂਮੈਂਟ ਤੁਹਾਡੇ ਕੋਲ ਆ ਗਿਆ ਉਹ ਮਿਲ ਗਿਆ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਬਾਰਾਂ ਜਿਹੜੀਆਂ ਉਹ ਸਾਰੀਆਂ ਰੁਕ ਜਾਣੀਆਂ, ਉਹ ਤੁਹਾਨੂੰ ਸਿਰਫ ਪਰਮਿਸ਼ਨ ਆ, ਪਰ ਜਦੋਂ ਤੁਸੀਂ ਬਾਹਰ ਗਏ ਉਦੋਂ ਆਟੋਮੈਟਿਕਲੀ ਉਹ ਬਾਰ ਜਿਹੜੀ ਟ੍ਰਿਗਰ ਹੋ ਗਈ, ਉਹ ਬੰਦਾ 3 ਸਾਲ ਲਈ ਫਸ ਗਿਆ, ਬਾਹਰ ਰਹਿ ਗਿਆ 3 ਸਾਲ ਲਈ। ਉਹਨੂੰ ਹੁਣ ਜਿਹੜੀ ਬਾਰ ਆ ਉਹਨੂੰ ਤੋੜਨ ਲਈ ਜਿਹੜਾ ਰਾਹ ਹੁੰਦਾ ਉਹ ਹੁੰਦਾ 601A ਵੇਵਰ।
ਠੀਕ ਹੈ 601 ਏ ਵੇਵਰ ਜਿਹੜਾ ਹੁੰਦਾ ਤੁਸੀਂ ਪਹਿਲਾਂ ਹੀ ਜਿਹੜਾ ਜਾਣ ਤੋਂ ਪਹਿਲਾਂ ਅਮਰੀਕਾ ਚੋਂ ਹੀ ਲੈ ਕੇ ਜਾ ਸਕਦੇ ਆ ਐਡਵਾਂਸ ਚ ਲੈ ਕੇ ਜਾ ਸਕਦੇ ਆ ਕਿ ਤੁਹਾਡੇ ਤੇ ਬਾਰ ਉਹ ਨਾ ਲੱਗੇ ਉਹ ਪਹਿਲਾਂ ਤੁਸੀਂ ਜਾਣ ਤੋਂ ਪਹਿਲਾਂ ਜਿਹੜਾ 601 ਏ ਵੇਵਰ ਲੈਣਾ ਹੁੰਦਾ ਇਹ ਜਿਹੜਾ 601 ਵੇਵਰ ਹੈਗਾ ਇਹਦੇ ਜਿਹੜੇ ਕੁਆਲੀਫਾਈਂਗ ਰਿਲੇਟਿਵ ਕੀ ਮਤਲਬ ਤੁਹਾਨੂੰ ਇਹਦੇ ਲਈ ਇੱਕ ਕੁਆਲੀਫਾਈਂਗ ਰਿਲੇਟਿਵ ਚਾਹੀਦਾ ਕਿ ਉਹਨਾਂ ਨੂੰ ਹਾਰਡਸ਼ਿਪ ਬਹੁਤ ਜ਼ਿਆਦਾ ਹੋਣੀ ਜਿਹੜੀ ਚਾਹੀਦੀ ਆ ਤੁਹਾਡੇ ਮਾਤਾ ਪਿਤਾ ਤੇ ਤੁਹਾਡਾ ਸਪਾਊਸ 601 ਏ ਵੇਵਰ ਲਈ ਕੁਆਲੀਫਾਈਂਗ ਰਿਲੇਟਿਵ ਜਿਹੜੇ ਬਣ ਸਕਦੇ ਆ ਮਤਲਬ ਕਿ ਜੇ ਤੁਸੀਂ ਵਿਆਹ ਕਰਾਇਆ ਹੋਇਆ ਸਿਟੀਜ਼ਨ ਨਾਲ ਗ੍ਰੀਨ ਕਾਰਡ ਹੋਲਡਰ ਨਾਲ ਜਾਂ ਤੁਹਾਡੇ ਘਰ ਦੇ ਇੱਥੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਹੈਗੇ ਆ ਉਹ ਤੁਹਾਡੇ ਬੇਸ ਤੇ ਕੁਆਲੀਫਾਈਂਗ ਰਿਲੇਟਿਵ ਬਣ ਸਕਦੇ ਆ ਜੇ ਤੁਹਾਡੇ ਜਾਣ ਨਾਲ ਉਹਨਾਂ ਨੂੰ ਹਾਰਡਸ਼ਿਪ ਹੋਊਗੀ ਤੇ ਫਿਰ ਉਹਨਾਂ ਨੂੰ ਉਹ 601 ਏ ਵੇਵਰ ਜਿਹੜਾ ਦੇ ਦਿੰਦੇ ਆ ਇਹਦੇ ਵਿੱਚ ਹੁਣ ਕੀ ਆ ਕਿ 601 ਏ ਜਿਹੜਾ ਵੇਵਰ ਹੈਗਾ ਇਹਦੇ ਵਿੱਚ ਲੋਕੀ ਕਹਿੰਦੇ ਆ ਕਿ ਤੇਰੇ ਜਵਾਕ ਆ ਜਵਾਕਾਂ ਨੂੰ ਬਹੁਤ ਹਾਰਡਸ਼ਿਪ ਹੋਣੀ ਆ ਕਾਨੂੰਨ ਕੋਈ ਚੱਕ ਕੇ ਮਿਕਸ ਕਰਤਾ ਤੂੰ ਉਹਦੇ ਬੇਸ ਤੇ 601 ਏ ਕਰਦੇ ਜਿਹੜੇ ਜਵਾਕ ਆ ਉਹ ਕੁਆਲੀਫਾਈਂਗ ਰਿਲੇਟਿਵ ਨਹੀਂ ਹੁੰਦੇ 601 ਏ ਵੇਵਰ ਪਰਪਸ ਲਈ ਉਹਨਾਂ ਨੇ ਜਾਣ ਕੇ ਕਾਨੂੰਨ ਰੱਖਿਆ ਕਿਉਂਕਿ ਹਰੇਕ ਬੰਦਾ ਸਾਊਥ ਅਮਰੀਕਾ ਤੋਂ ਸਪੈਸ਼ਲੀ ਆ ਕੇ ਇੱਥੇ ਇੱਕ ਛੱਡੋ ਚਾਰ ਚਾਰ ਪੰਜ ਪੰਜ ਬੱਚੇ ਜਿਹੜੇ ਜੰਮਦੇ ਆ ਐਂਕਰ ਬੇਬੀ ਕਹਿੰਦੇ ਬਾਅਦ ਉਹਨਾਂ ਨੂੰ ਹਾਂਜੀ ਐਂਕਰ ਬੇਬੀ ਤੇ ਉਹਨਾਂ ਨੇ ਜਾਣ ਕੇ ਇਹ ਜਿਹੜੀ ਧਾਰਾ ਖਤਮ ਕੀਤੀ ਆ ਕਿ ਜਵਾਕਾਂ ਦੇ ਬੇਸ ਤੇ ਉਹਨਾਂ ਨੇ ਵੇਵਰ ਨਹੀਂ ਦੇਣਾ ਸੋ ਇੱਥੇ ਆਪਣੀ ਕਮਿਊਨਿਟੀ ਬੜੀ ਮਾਰ ਖਾਂਦੀ ਆ ਕਿ ਬਾਹਰ ਚਲ ਗਏ ਏਜੰਟ ਦੇ ਆਖੇ ਲੱਗ ਕੇ ਤੇ ਜਵਾਕ ਸਾਡੇ ਉੱਥੇ ਸੀਗੇ ਤੇ ਹੁਣ ਆਪਾਂ ਵਾਪਸ ਜਾ ਨਹੀਂ ਸਕਦੇ ਵਾਪਸ ਉਹ ਵਾਕੇ ਨਹੀਂ ਜਾ ਸਕਦੇ ਜਦ ਤੱਕ ਹੁਣ ਜਵਾਕ ਪੂਰਾ 21 ਸਾਲ ਦਾ ਨਹੀਂ ਹੁੰਦਾ ਸੋ ਕਈ ਬੰਦੇ ਏਦਾਂ ਦੇ ਵੀ ਆ ਕਿ ਗਲਤ ਸਲਾਣਾ ਉਹ ਏਦਾਂ ਏਦਾਂ ਜਿਹੜੇ ਹੈਗੇ ਆ 15-16 ਸਾਲ ਬਾਹਰ ਜਿਹੜੇ ਫਸੇ ਹੋਏ ਆ ਕਿਉਂਕਿ ਸਲਾਹ ਗਲਤ ਦੇ ਦਿੱਤੀ ਕਿ ਕੋਈ ਚੱਕਰ ਨੀ ਜਵਾਕ ਉਰੇ ਪੈਦਾ ਹੋਏ ਆ ਹੋ ਜਾਣਾ ਵੇਵਰ ਹਨਾ ਸੋ ਕਾਨੂੰਨ ਦੀਆਂ ਜਿਹੜੀਆਂ ਬਰੀਕੀਆਂ ਉਹ ਇਹ ਆ ਕਿ ਸਿਰਫ ਜਿਹੜੇ ਘਰ ਦੇ ਤੁਹਾਡੇ ਜੇ ਸਿਟੀਜ਼ਨ ਗ੍ਰੀਨ ਕਾਰਡ ਹੋਲਡਰ ਆ ਜਾਂ ਸਪਾਊਸ ਆ ਉਹ ਤੁਹਾਨੂੰ ਵੇਵਰ ਲੈ ਕੇ ਦੇ ਸਕਦੇ ਆ ਜੇ ਸਾਲਮ ਕਿਸੇ ਨੇ ਟਾਈਮ ਸਿਰ ਫਾਈਲ ਕਰਤੀ ਸੀ ਉਹ ਜਦੋਂ ਕੇਸ ਬੰਦ ਕਰਾ ਕੇ ਜਾਂਦਾ ਹੋ ਸਕਦਾ ਉੱਤੇ ਬਾਹਰ ਨਾ ਲੱਗੇ ਪਰ ਹੋ ਸਕਦਾ ਉਹਦੇ ਉੱਤੇ ਬਾਹਰ ਲੱਗਦੀ ਹੋਵੇ ਸੋ 601 ਏ ਵੇਵਰ ਤੁਸੀਂ ਜਿਹੜਾ ਲੈ ਕੇ ਜਾਣਾ ਹਰੇਕ ਬੰਦੇ ਨੇ ਜਿਹੜਾ ਕੱਚੇ ਤੌਰ ਤੇ ਅਮਰੀਕਾ ਦੇ ਵਿੱਚ ਐਂਟਰ ਕੀਤਾ ਸੀਗਾ ਉਹਦਾ ਹੁਣ ਤੁਹਾਡਾ ਆ ਗਿਆ ਕੋਸਟ ਬੈਨੀਫਿਟ ਅਨਾਲਿਸਿਸ ਕਿ ਤੁਸੀਂ ਜੇ 601 ਵੇਵਰ ਕਰਦੇ ਆ ਤੁਹਾਡੀ ਅਟਰਨੀ ਫੀ ਹੈ ਉਹ ਸਾਰਾ ਖਰਚਾ ਆਊਗਾ ਪਲੱਸ ਤੁਹਾਨੂੰ ਵੇਟ ਕਰਨੀ ਪੈਣੀ 2-2.5 ਸਾਲ 3 ਸਾਲ ਐਕਸਟਰਾ ਹੈ ਨਾ ਜਾਂ ਫਿਰ ਬੰਦਾ ਕਾਹਲੀ ਕਰਦਾ ਕਿ ਨਹੀਂ ਮੈਂ ਆਹ ਵਾਲਾ ਸਟੈਪ ਜਿਹੜਾ 601 ਏ ਵੇਵਰ ਦਾ ਬਾਈਪਾਸ ਕਰ ਦਵਾਂ ਮੈਨੂੰ ਇਹਦੀ ਲੋੜ ਨਹੀਂ ਆ ਪੈਸੇ ਵੀ ਬਚੂਗੇ ਟਾਈਮ ਵੀ ਬਚੂਗਾ ਕਿ ਮੈਂ 2 ਸਾਲ ਵੇਟ ਨਹੀਂ ਕਰਨਾ ਚਾਹੁੰਦਾ ਉਹਦੇ ਨਾਲ ਕੀ ਹੋਣਾ ਕਿ ਜੇ ਤੁਹਾਡੇ ਤੇ ਬਾਹਰ ਇਹ ਲੱਗਦੀ ਆ ਇਨਐਡਮਿਸੀਬਿਲਟੀ ਲੱਗਦੀ ਆ ਤੇ ਬਾਹਰ ਜਾ ਕੇ ਬੰਦਾ ਕਈ ਵਾਰੀ ਫਸਦਾ ਤੇ ਬਾਹਰ ਜਦੋਂ ਜਾਂਦਾ ਫਿਰ ਬਿਜ਼ਨਸ ਦਾ ਵੀ ਲੋਸ ਹੁੰਦਾ ਟਾਈਮ ਵੀ ਜਿਹੜਾ ਬੰਦੇ ਦਾ ਖਰਾਬ ਹੁੰਦਾ ਸੋ ਮੁੱਖ ਦੀ ਗੱਲ ਇਹ ਆ ਕਿ ਜਿਹੜਾ 601 ਏ ਵੇਵਰ ਆ ਉਹ ਲਏ ਬਿਨਾਂ ਜਿਹੜਾ ਛੱਡ ਕੇ ਨਹੀਂ ਜਾਣਾ ਠੀਕ ਹੈ ਸੋ ਇਹਦੇ ਵਿੱਚ ਆ